ਬੀਤੀ ਰਾਤ ਤਰਨ ਤਾਰਨ ਬੱਸ ਅੱਡਾ ਦੀ ਚੌਂਕੀ ਦੇ ਵਿੱਚ ਪੱਤਰਕਾਰਾਂ ਦੇ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਪੱਤਰਕਾਰਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਹ ਹਮਲਾ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਦਿਲਬਾਗ ਸਿੰਘ ਦੇ ਵੱਲੋਂ ਕੀਤਾ ਗਿਆ ਸੀ। ਦਰਅਸਲ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਦਿਲਬਾਗ ਸਿੰਘ ਚੌਂਕੀ ਦੇ ਅੰਦਰ ਜਾਂਦਾ ਅਤੇ ਆਪਣੀ AK-47 ਰਾਈਫਲ ਦੇ ਨਾਲ ਪੱਤਰਕਾਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਐਨ ਵਕਤ ਇੱਕ ਪੱਤਰਕਾਰ ਨੇ ਰਾਈਫਲ ਨੂੰ ਉੱਪਰ ਨੂੰ ਕਰ ਦਿੱਤਾ ਤੇ ਚੌਂਕੀ ਦੇ ਵਿੱਚ ਵੜ ਕੇ ਅੰਦਰੋਂ ਬੂਹਾ ਬੰਦ ਕਰ ਦਿੱਤਾ। ਦਿਲਬਾਗ ਸਿੰਘ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗੋਲੀ ਮਾਰ ਦੇਵੇ, ਪਰ ਉਸਦੀ ਜ਼ਿਆਦਾ ਸ਼ਰਾਬ ਪੀਤੀ ਹੋਣ ਦੇ ਕਰਕੇ ਉਹ ਅਜਿਹਾ ਨਹੀਂ ਕਰ ਪਾਇਆ। ਤਰਨ ਤਾਰਨ ਦੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਤਰਨ ਤਾਰਨ ਦੇ SSP ਦਰਸ਼ਨ ਸਿੰਘ ਮਾਨ ਨੂੰ ਮਿਲ ਕੇ ਇਸ ਮਾਮਲੇ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਬਣਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਤਰਨ ਤਾਰਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਹੋਈ ਇਸ ਘਟਨਾ ਦੀ ਪੂਰੇ ਇਲਾਕੇ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਤਰਨ ਤਾਰਨ ਪੱਤਰਕਾਰ ਭਾਈਚਾਰੇ ਦੇ ਵੱਲੋਂ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਜੇਕਰ ਪਰਚਾ ਦਰਜ ਨਹੀਂ ਹੁੰਦਾ ਤਾਂ ਤਰਨ ਤਾਰਨ ਦੀ ਪੰਜਾਬ ਪੁਲਿਸ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਕੀ ਕਰਨਾ ਭਾਜੀ, ਡਿਊਟੀ ਇੰਚਾਰਜ ਦੱਸੋ, ਕਮਾਲ ਹੋ ਗਈ। ਕੌਣ ਇੰਚਾਰਜ ਇੱਥੇ? ਕੌਣ ਤੁਸੀਂ? ਕੌਣ ਦਾ ਪਛਾਣ? ਅਸੀਂ ਪੱਤਰਕਾਰ ਹਾਂ। ਕਿਉਂ ਓਏ ਖਿਆਲ ਜੋ ਅਸੀਂ ਪੱਤਰਕਾਰ ਹਾਂ, ਅਸੀਂ ਬੋਸਾਂ ਦੇ ਆ। ਕਮਾਲ ਹੋ ਗਈ, ਦੱਸ ਤੁਸੀਂ ਜੇ ਤੁਸੀਂ ਕੌਣ ਜੇ? ਯੂ ਆਰ ਏ ਪਬਲਿਕ ਸਰਵੈਂਟ, ਤੁਸੀਂ ਪਬਲਿਕ ਸਰਵੈਂਟ ਹੋ? ਤੁਸੀਂ ਕੀ ਸਰਵੋ? ਚਲੋ ਕਿੰਨੀਆਂ? 1-2-3 ਗੱਲ ਕਰ। ਸਾਰੀ ਵੀਡੀਓ ਬਣਾਈ ਆ। ਪਵਨ ਕੁੰਦਰਾ ਜੀ, ਇੱਕ ਬਹੁਤ ਮੰਦਭਾਗੀ ਘਟਨਾ ਹੈ, ਕਿਉਂਕਿ ਪੱਤਰਕਾਰ ਵੀਰ ਆਪਣੀ ਡਿਊਟੀ ਕਰ ਰਹੇ ਸੀ, ਪਰ ਉੱਥੇ ਬੱਸ ਸਟੈਂਡ ਚੌਂਕੀ 'ਚ ਮੁਲਾਜ਼ਮ ਸ਼ਰਾਬ ਪੀ ਰਹੇ ਸੀ, ਪਰ ਉਹ ਡਿਊਟੀ ਕਰ ਰਹੇ ਸੀ, ਉਹ ਸ਼ਰਾਬ ਪੀ ਰਹੇ ਸੀ, ਪਰ ਉਹ ਉਹਨਾਂ ਦੀ ਕਵਰੇਜ ਕਰ ਰਹੇ ਸੀ ਕਿ ਹਾਂ ਵੀ ਇਹ ਕਾਹਦੇ ਵਾਸਤੇ ਥਾਣਿਆਂ ਦੇ ਵਿੱਚ ਸ਼ਰਾਬ ਕਿਉਂ ਪੀਤੀ ਜਾ ਰਹੀ ਹੈ। ਇਸ ਕਰਕੇ ਜਦ ਉਹ ਆਪਣਾ ਡਿਊਟੀ ਕਰਨ ਗਏ ਤਾਂ ਪਰ ਉੱਥੇ ਮੁਲਾਜ਼ਮਾਂ ਨੇ ਉਹਨਾਂ ਉੱਤੇ ਪਿਸਤੌਲ ਤਾਂ ਦਿੱਤੀ। ਵੇਖੋ ਕਿੰਨੀ ਮਾੜੀ ਗੱਲ ਹੈ, ਜਦੋਂ ਪੱਤਰਕਾਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਜਨਤਾ ਨੂੰ ਕੀ ਮਿਲੇਗਾ? ਪੱਤਰਕਾਰਾਂ ਨੇ ਆਪਣੀ ਡਿਊਟੀ ਨਿਭਾ ਕੇ ਜਨਤਾ ਨੂੰ ਸਾਰਾ ਕੁਝ ਵਿਖਾਉਣਾ ਹੈ ਕਿ ਹਾਂ ਵੀ ਕੀ ਹੋ ਰਿਹਾ ਸਮਾਜ ਦੇ ਵਿੱਚ, ਕੀ ਹੋ ਰਿਹਾ। ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਐਡੀ ਮਾੜੀ ਘਟਨਾ ਹੋ ਗਈ, ਇਹ ਦੂਸਰੀ ਘਟਨਾ ਜਿਹੜੀ ਪੱਤਰਕਾਰਾਂ ਦੇ ਉੱਤੇ ਹੋ ਰਹੀ ਹੈ। ਅੱਜ ਤੋਂ ਪਹਿਲਾਂ ਵੀ ਇਹ, ਮਹੀਨਾ ਪਹਿਲਾਂ ਵੀ ਪੱਤਰਕਾਰਾਂ ਦੇ ਉੱਤੇ ਇਹ ਹਮਲਾ ਆਇਆ ਸੀ, ਹੁਣ ਦੂਸਰੀ ਵਾਰੀ ਇਹ ਹਮਲਾ ਆਇਆ। ਇਹ ਬਹੁਤ ਮੰਦਭਾਗੀ ਘਟਨਾ। DGP ਪੰਜਾਬ ਨੂੰ ਪੂਰੀ ਖਿੱਚ ਕਰਨੀ ਚਾਹੀਦੀ ਕਿ ਹੈ ਵੀ ਜਿਹੜੇ ਇਹੋ ਜਿਹੇ ਮੁਲਾਜ਼ਮ ਆ ਥਾਣਿਆਂ 'ਚ ਬਹਿ ਕੇ ਸ਼ਰਾਬ ਪੀਂਦੇ ਆ, ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਉਹਨੂੰ ਫੜ ਕੇ ਉੱਤੇ ਜੇ ਕਾਰਵਾਈ ਹੋ ਗਈ ਤਾਂ ਬਾਕੀਆਂ ਨੂੰ ਵੀ ਸਬਕ ਮਿਲੂਗਾ ਕਿ ਹਾਂ ਵੀ ਇਹ, ਇੱਕ ਤਾਂ ਕਾਰਵਾਈ ਹੋਈ ਹੈ, ਬਾਕੀ ਆਪਣੇ ਆਪ ਸਬਕ ਲੈਣਗੇ ਕਿ ਹਾਂ ਵੀ ਅਸੀਂ ਇਹ ਥਾਣਿਆਂ 'ਚ ਨਹੀਂ ਕੰਮ ਕਰਾਂਗੇ। ਕੁਲਦੀਪ ਸਿੰਘ, ਉਸ ਨੂੰ ਆਪਣੇ ਬਿਆਨ ਦਿੱਤੇ ਨੇ, ਸਾਡੇ ਉਹਨਾਂ ਬਿਆਨ ਦਰਜ ਕੀਤੇ ਨੇ, ਅਸੀਂ ਉਹ 'ਚ ਇਹ ਲਿਖਿਆ ਵਾ ਵੀ ਜਿਹੜਾ ਦਿਲਬਾਗ ਸਿੰਘ ਮੁਨਸ਼ੀ ਆ
ਜਿਹਨੇ ਸਾਡੇ ਬਲਾਤੀ ਰਫਲ ਲੈ ਕੇ ਸਰਕਾਰੀ ਰਫਲ ਲੈ ਕੇ ਸਾਡੇ ਕਾਦਰਾਂ ਨੂੰ ਹਮਲਾ ਕੀਤਾ ਸੀ, ਉਹਦੇ ਖਿਲਾਫ਼ ਇਰਾਦਾ ਕਦਰ ਦਾ ਪਰਚਾ ਦਰਜ ਕੀਤਾ ਜਾਵੇ, 307 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਇਨਸਾਨ ਦਵਾਇਆ ਜਾਵੇ। ਹਾਲੇ ਤੱਕ ਪੈਸਾ ਕੁਛ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਸਾਨੂੰ ਸ਼ੱਕ ਹੈ, ਡਰ ਹੈ ਸਾਨੂੰ ਕਿ ਸਾਨੂੰ ਕਿਤੇ ਉਹ ਸਾਡੀ ਕੋਈ ਕੋਈ ਜਾਨ ਮਾਲ ਦਾ ਕੋਈ ਫਰਕ ਪੰਦਰਾਂ ਨਾ ਬਣ ਜਾਵੇ। ਅਸੀਂ ਮੰਗ ਕਰਦੇ ਹਾਂ, ਮੈਂ ਮੰਗ ਕਰਦਾ ਵਾਂ ਆਪਣੀ ਜਿਹੜੀ ਪੁਲਿਸ ਆ ਇਹ ਜਲਦ ਜਲਦ ਗ੍ਰਿਫਤਾਰ ਕਰੇ। ਓਕੇ ਜੀ, ਮੈਂ ਨਿਸ਼ਾਂਤ ਸੋਹਤਾ, ਪੈਸਗੜ੍ਹ ਜਰਨਲਿਸਟ ਐਸੋਸੀਏਸ਼ਨ ਦਾ ਜ਼ਿਲ੍ਹੇ ਦਾ ਪ੍ਰੈਜੀਡੈਂਟ ਹਾਂ। ਅਤੇ ਰਾਤ ਸਮੇਂ ਜੋ ਸਾਡੇ ਪੱਤਰਕਾਰ ਦੇ ਨਾਲ ਜਾਂ ਜੋ ਸਾਡੇ ਨਾਲ ਵਧੀਕੀ ਪੰਜਾਬ ਪੁਲਿਸ ਦੇ ਮੁਨਸ਼ੀ ਨੇ ਦਿਲਬਾਗ ਸਿੰਘ ਨੇ ਕੀਤੀ ਹੈ, ਉਹ ਅਸੀਂ ਵੀਡੀਓ ਅਤੇ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਨੇ SSP ਸਾਹਿਬ, ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੋ ਤੁਹਾਡੇ ਨਾਲ ਰਾਤ ਸਮੇਂ ਹੋਇਆ ਹੈ ਜਾਂ ਸਾਡੇ ਪੱਤਰਕਾਰ ਦੇ ਨਾਲ ਜੋ ਚੋਟ ਲੱਗੀ ਹੈ ਅਤੇ ਸਾਨੂੰ ਉਹਨੇ ਰਾਈਫਲ ਫੜ ਕੇ ਸਾਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਜੋ ਬਣਦੀ ਕਾਰਵਾਈ ਹੈ ਜ਼ੋਰ 'ਤੇ FIR ਦਰਜ ਹੈ ਜਿਹੜਾ 307 ਦੇ ਬਣਦੀ ਕਾਰਵਾਈ ਹੈ ਉਹ ਕਰਨਗੇ। ਅਤੇ ਜੇਕਰ ਉਹ ਇਹ ਕਾਰਵਾਈ ਨਹੀਂ ਕਰਦੀ ਅਤੇ ਸਾਡੇ ਇਹ ਪੱਤਰਕਾਰ ਭਾਈਚਾਰੇ ਵੱਲੋਂ ਵੀ ਅਤੇ ਪ੍ਰੈਸਗੜ੍ਹ ਜਰਨਲਿਸਟ ਐਸੋਸੀਏਸ਼ਨ ਵੱਲੋਂ ਵੀ ਕਿ ਖਾਸ ਕਰਕੇ ਇਹਨਾਂ ਨੂੰ ਚੇਤਾਵਨੀ ਆ ਕਿ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਕਿ ਸਾਡੇ ਪੱਤਰਕਾਰਾਂ ਨੇ ਜਿਹੜਾ ਧੱਕੇਸ਼ਾਹੀ ਕੀਤੀ ਹੈ ਅਤੇ ਅਸੀਂ ਬਿਲਕੁਲ ਰੋਡ ਵੀ ਜਾਮ ਕਰਾਂਗੇ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜੋ ਬਣਦਾ ਅਸੀਂ ਉਹ ਕਰਾਂਗੇ। ਵਿਪਨ ਕੁਮਾਰ ਜੀ ਹਾਜ਼ਰ ਨਹੀਂ ਸੀਗੇ ਅਤੇ ਅਸੀਂ ਕਵਰੇਜ ਕੀਤੀ ਪੱਤਰਕਾਰ ਵੀਰਾਂ ਨੇ, ਅਤੇ ਉੱਥੇ ਮੁਲਾਜ਼ਮ ਦੇਖੇ ਗਏ ਜਿਹਨਾਂ ਡਰਿੰਕ ਕੀਤੀ ਹੋਈ ਹੈ, ਅਤੇ ਉੱਥੇ ਇੱਕ ਜਿਹੜਾ ਕਿ ਜਿਹਦੀ ਦਿਨ ਦੀ ਮੁਨਸ਼ੀ ਦੀ ਅਤੇ ਰਾਤ ਦਾ ਕੋਈ ਮਤਲਬ ਨਹੀਂ ਬਣਦਾ, ਅਤੇ ਉਹ ਰਾਤ ਵੇਲੇ ਆਉਣ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਵੀ ਗੱਲ ਕੀਤੀ ਔਰ ਨਾ ਉਹਨੇ ਆਪਣੀ ਫੋਨ ਦੇ ਵਿੱਚ ਨਹੀਂ ਸੀਗਾ, ਅਤੇ ਸਾਡੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸਰ ਤੁਸੀਂ ਡਰਿੰਕ ਕੀਤੀ ਹੋਈ ਆ, ਉਹਨੇ ਆਊਟ ਆਫ ਡਰਿੰਕ ਵਿੱਚ ਹੀ ਆਪਣੀ ਰਾਈਫਲ ਕੱਢੀ, ਰਾਈਫਲ ਕੱਢ ਕੇ ਸਾਡੇ ਪਿੰਡ ਨੂੰ ਗੱਲ ਤੋਂ ਫੜ ਕੇ ਕਾਫੀ ਦੂਰ ਤੱਕ ਲੈ ਗਿਆ, ਜਿਹਦੇ ਵਿੱਚ ਮੈਂ ਅੱਗੇ ਹੋ ਕੇ ਪੱਤਰਕਾਰ ਨੂੰ ਛਡਾਇਆ, ਇੱਕ ਕਾਂਸਟੇਬਲ ਵੀ ਆ ਬਜ਼ੁਰਗ ਜਿਹਨੇ ਉਹਨੂੰ ਛਡਾਇਆ, ਉਸ ਤੋਂ ਬਾਅਦ ਅਸੀਂ ਦਰਵਾਜ਼ਾ ਬੰਦ ਕਰ ਲਿਆ, ਉਹਨੇ ਰਾਈਫਲ ਸਾਡੇ ਬਹੁਤ ਜ਼ੋਰ ਜ਼ੋਰ ਦੀ ਆਪਣੇ ਚੌਂਕੀ ਦੇ ਦਰਵਾਜ਼ੇ ਨੂੰ ਲੱਤਾਂ ਮਾਰੀਆਂ ਅਤੇ ਅਸੀਂ ਬਚਾਅ ਕੀਤਾ ਬੜੀ ਮੁਸ਼ਕਲਾਂ। ਉਸ ਤੋਂ ਬਾਅਦ ਅਸੀਂ SSP ਗੱਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ SSP ਸਾਹਿਬ ਦੇ ਫੋਨ ਨਾ ਚੁੱਕਣ ਕਰਕੇ ਸਾਹਿਬ ਨਾਲ ਗੱਲ ਕੀਤੀ, ਫੈਰ ਕੱਢ ਲਗੇ ਸੀ ਕੋਈ ਫੈਰ ਪੂਰਾ ਜੀ ਪੂਰਾ ਕੋਸ਼ਿਸ਼ ਸੀਗੀ, ਲੇਕਿਨ ਸਾਡਾ ਬਚਾਅ ਸੀਗਾ ਕਿ ਅਸੀਂ ਆਪਣੇ ਦਰਵਾਜ਼ੇ ਬੰਦ ਕਰਨਾ, ਹਵਾਈ ਫੈਰ ਕੀਤਾ ਜੀ, ਬਾਕੀ ਉਹਨਾਂ ਨੇ ਉਹ ਕਾਫੀ ਦੇਰ ਤੱਕ ਬਾਹਰ ਰਿਹਾ, ਫਾਇਰ ਕਰਨ ਤੋਂ ਬਾਅਦ ਜਿਹੜੀ ਆਪਣੇ ਜੋ ਵੀ ਕੋਸ਼ਿਸ਼ ਸੀਗਾ ਉੱਥੋਂ ਖੋਲ ਖਾਲ ਵੀ ਸੀਗੇ ਉਹ ਲੈ ਗਏ, ਉਹਨੂੰ ਪਤਾ ਸੀਗਾ ਕਿਉਂਕਿ ਉਹ ਪੁਲਿਸ ਦਾ ਅਧਿਕਾਰੀ ਹੈ, ਉਹਨੂੰ ਹਰ ਇੱਕ ਚੀਜ਼ ਬਾਰੇ ਪਤਾ, ਕਿਉਂਕਿ ਜੋ ਉਹਨਾਂ ਨੇ ਆਪ ਲੋਕਾਂ ਦੇ ਬਾਰੇ ਕਾਰਵਾਈਆਂ ਕਰਦੇ ਤੇ ਉਹ ਆਪਣਾ ਕੋਈ ਨਹੀਂ ਕਰਦੇ ਪੱਤਰਕਾਰ ਜੋ ਤੁਸੀਂ। ਅਸੀਂ ਜੀ ਪੱਤਰਕਾਰ ਵੇਖੋ ਅੱਜ ਦੇ ਇਲਾਵਾ ਸਾਡੇ ਪੱਤਰਕਾਰ ਵੀਰ ਤੇ ਗੌਰੀ ਲੰਕੇਸ਼ ਤੇ ਅੱਗੇ ਕਤਲ ਹੋਇਆ ਵਾ, ਵੇਖ ਰਹੇ ਹਾਂ ਭਾਤੀ ਸਾਡੇ ਹਰ ਇੱਕ ਨਿਊਜ਼ ਚੱਲ ਰਹੀ ਆ, ਸਾਡੇ ਤੇ ਵੀ ਉਹ ਕੁਛ ਪ੍ਰਸ਼ਾਸਨ ਨੇ ਕਰਤਾ, ਤੇ ਅਸੀਂ ਇਹ ਸਮਝਦੇ ਹਾਂ ਵੀ ਸਾਡੀ ਸੇਫਟੀ ਕੁਛ ਨਹੀਂ ਹੈਗੀ, ਅਸੀਂ ਤੇ ਉਹ ਆਪਣੇ ਸਰਕਾਰ ਕੋਲ ਮੰਗਦੇ ਹਾਂ ਕਿ ਸਾਡੇ ਪੱਤਰਕਾਰਾਂ ਨੂੰ ਸੇਫਟੀ ਦਿੱਤੀ ਜਾਵੇ, ਵਰਨਾ ਸਾਡੇ ਦੇ ਘਰ ਬਿਲਕੁਲ ਹੀ ਬੱਚੇ ਵੀ ਅਨਾਥ ਹੋ ਜਾਣਗੇ। ਤੇ ਅਸੀਂ ਦਿਲਬਾਗ ਸਿੰਘ ਤੇ ਕੀ ਕਾਰਵਾਈ ਮੰਗਦੇ ਜੋ ਦਿਲਬਾਗ ਸਿੰਘ ਤੇ ਬਣਦੀ ਕਾਰਵਾਈ ਪਲਸ ਸਸਪੈਂਡ ਤੇ ਉਹ ਕਰਨ ਹੀ ਡੇ ਆ, ਪਲਸ ਜੋ ਟਰਮੀਨੇਟ ਕਰਨਾ ਚਾਹੀਦਾ ਜਿਹਦੇ ਮੁਤਾਬਕ ਉਹਨੂੰ ਨੀ ਬਾਕੀ ਨੂੰ ਵੀ ਇਹ ਪਤਾ ਲੱਗ ਜਾਵੇ, ਪੂਰੇ ਪੰਜਾਬ ਪ੍ਰਸ਼ਾਸਨ ਨੂੰ ਇਹ ਸਮਝ ਆ ਜਾਵੇ। ਚੌਂਕੀ ਵੇਖੋ ਜੀ, ਚੌਂਕੀ ਇੰਚਾਰਜ ਬਿਲਕੁਲ ਰਾਈਟ, ਇਹ ਗੱਲ ਹੈ ਚੌਂਕੀ ਇੰਚਾਰਜ ਨੂੰ ਬਿਲਕੁਲ ਰਾਈਟ ਨੀ, ਚੌਂਕੀ ਇੰਚਾਰਜ ਦੇ ਜਿਹੜੇ ਕਿ ਡਿਊਟੀ ਸੀਗੀ ਉਹਦੀ ਡਿਊਟੀ ਹੈਗੀ, ਡਿਊਟੀ ਨਹੀਂ ਸੀਗਾ ਉਹਦੀ ਨਾਨ ਡਿਊਟੀ ਹੋਣ ਦੀ ਪੱਤਰਕਾਰਾਂ ਨਾਲ ਇਹੋ ਜਿਹੇ ਹਾਲਾਤ ਹੋਏ ਨੇ, ਤੇ ਬਣ ਹੈ ਕਿ ਉਹ ਵੀ ਸਪੈਂਡ। ਉਸ ਤੋਂ ਬਾਅਦ ਜਿਹੜਾ ਆਪਣਾ ਦਿਲਬਾਗ ਸਿੰਘ ਆ ਇਹਨੂੰ ਟਰਮੀਨੇਟ ਕਰਨਾ ਚਾਹੀਦਾ, ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ, ਉਹਨਾਂ ਚ ਪੱਤਰਕਾਰ ਭਾਈਚਾਰੇ ਨਹੀਂ, ਸਾਡੀ ਜੂਨ ਦਾ ਕੋਈ ਮਸਲਾ ਨਹੀਂ, ਇੱਥੇ ਜੂਨ ਕੋਈ ਲੈਣ ਦੇਣ ਨਹੀਂ, ਇੱਥੇ ਸਿਰਫ ਇੱਕ ਪੱਤਰਕਾਰ ਭਾਈਚਾਰੇ ਦਾ ਮਸਲਾ, ਅੱਜ ਪ੍ਰੈਸਿੰਗ ਤੇ ਮਸਲਾ ਇਹ ਹੋਈ ਆ ਪ੍ਰੋਬਲਮ ਕ੍ਰੀਏਟ, ਕੱਲ ਨੂੰ ਇਹ ਕਿਸੇ ਵੀ ਪੱਤਰਕਾਰ ਤੇ ਨਜ਼ਰ ਹੁੰਦੀ ਹੈ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ ਵੈਬ TV।